ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਕਬੀਰ ਜੀ ਭਾਰਤ ਦੇ ਪ੍ਰਸਿੱਧ ਭਗਤਾਂ ਵਿੱਚੋਂ ਇੱਕ ਹੋਏ ਹਨ ਭਗਤ ਜੀ ਨੇ ਉਸ ਸਮੇਂ ਦੇ ਬਨਾਰਸ ਵਿੱਚ ਸਭ ਤੋਂ ਪ੍ਰਸਿੱਧ ਭਗਤ ਭਗਤ ਰਾਮਾਨੰਦ ਜੀ ਤੋਂ ਗੁਰ ਦਿਖਿਆ ਰਾਮ ਨਾਮ ਦਾ ਉਪਦੇਸ਼ ਲਿਆ ਤੇ ਵੈਸ਼ਨੂ ਮਤ ਗ੍ਰਹਿਣ ਕੀਤਾ ਕਬੀਰ ਜੀ ਦੀ ਬਹੁਤ ਸਾਰੀ ਬਾਣੀ ਸ਼ਬਦਾਂ ਤੇ ਸ਼ਲੋਕਾਂ ਵਿੱਚ ਉਚਾਰਨ ਕੀਤੀ ਹੋਈ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਜਿਨ੍ਹਾਂ ਦੀ ਕੁੱਲ ਗਿਣਤੀ 534 ਹੈ ਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1364 ਤੋਂ ਸ਼ੁਰੂ ਹੁੰਦੇ ਹਨ ਸੋ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ 51 ਸ਼ਲੋਕ ਅਰਥਾਂ ਸਹਿਤ ਸਰਵਣ ਕਰਾਂਗੇ ਆਓ ਬੜੇ ਪ੍ਰੇਮ ਨਾਲ ਇਸ ਸ਼ਲੋਕ ਸਰਵਣ ਕਰੀਏ ਪਹਿਲਾ ਸ਼ਲੋਕ ਹੈ ਕਬੀਰ ਮੇਰੀ ਸਿਮਰਨਨੀ ਰਸਨਾ ਉੱਪਰ ਰਾਮ ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਬਿਸਰਾ ਕਬੀਰ ਜੀ ਕਥਨ ਕਰਦੇ ਹਨ ਕਿ ਮੇਰੀ ਸਿਮਰਨੀ ਮਾਲਾ ਇਹੀ ਹੈ ਕਿ ਮੇਰੀ ਜ਼ੁਬਾਨ ਤੇ ਹਰ ਸਮੇਂ ਰਾਮ ਦਾ ਨਾਮ ਰਹਿੰਦਾ ਹੈ ਇਸ ਤੋਂ ਪਹਿਲਾਂ ਵੀ ਜੁਗਾ ਦੇ ਆਦ ਤੋਂ ਜੋ ਸਾਰੇ ਭਗਤ ਹੋਏ ਹਨ ਉਹਨਾਂ ਨੇ ਵੀ ਇਸ RAM ਨਾਮ ਦੀ ਮਾਲਾ ਦੁਆਰਾ ਹੀ ਆਤਮ ਸੁਖ ਪ੍ਰਾਪਤ ਕੀਤਾ ਹੈ। ਦੂਸਰਾ ਸ਼ਲੋਕ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲੇ ਹਾਰੀ ਇਸ ਜਾਤ ਕੋ ਜਹਿ ਜਪਿਓ ਸਿਰ ਜਣ ਹਾਰ। ਕਬੀਰ ਜੀ ਫਰਮਾਉਂਦੇ ਹਨ ਮੇਰੀ ਇਸ ਜਲਾਹੇ ਦੀ ਜਾਤ ਨੂੰ ਨੀਵੀਂ ਸਮਝ ਕੇ ਹਰ ਕੋਈ ਹੱਸਦਾ ਹੈ ਪਰ ਮੈਂ ਇਸ ਆਪਣੀ ਨੀਵੀਂ ਜਾਤ ਤੋਂ ਕੁਰਬਾਨ ਜਾਂਦਾ ਹਾਂ। ਕਿਉਂਕਿ ਇਸ ਨੀਵੀਂ ਜਾਤ ਦੇ ਹੋਣ ਦੇ ਬਾਵਜੂਦ ਮੈਂ ਪ੍ਰਮਾਤਮਾ ਦਾ ਨਾਮ ਜਪਦਾ ਹਾਂ ਤੀਸਰਾ ਸ਼ਲੋਕ ਕਬੀਰ ਡਗਮਗ ਕਿਆ ਕਰੇ ਕਹਾਂ ਡੁਲਾਵੇ ਜਿਓ ਸਰਬ ਸੂਖ ਕੋ ਨਾਇਕੋ RAM ਨਾਮ ਰਸ ਪਿਓ ਕਬੀਰ ਜੀ ਫਰਮਾਉਂਦੇ ਹਨ ਕਿ हे ਕਬੀਰ ਡਾਵਾ ਡੋਲ ਹੋ ਕੇ ਆਪਣੇ ਮਨ ਨੂੰ ਕਿਉਂ ਡੁਲਾਉਂਦਾ ਹੈ ਸਾਰੇ ਸੁੱਖਾਂ ਦਾ ਸਵਾਮੀ ਜੋ ਵਾਹਿਗੁਰੂ ਹੈ ਉਸ ਦੇ ਨਾਮ ਅੰਮ੍ਰਿਤ ਰਸ ਨੂੰ ਪੀਣਾ ਕਰ ਤੇ ਉਸ ਦਾ ਹੀ ਸਿਮਰਨ ਕਰ ਚੌਥਾ ਸ਼ਲੋਕ ਕਬੀਰ ਚੰਦਨ ਕੇ ਕੁੰਡਲ ਬਨੇ ਉਪਰ ਲਾਲ ਜੜਾਓ ਦੀਸੇ ਦਾਦੇ ਕਾਨ ਜਿਉ ਜਿਨ ਮਨ ਨਾਹੀ ਨਾਓ ਕਬੀਰ ਜੀ ਫਰਮਾਉਂਦੇ ਹਨ ਕਿ हे ਕਬੀਰ ਸੋਨੇ ਦੇ ਕੁੰਡਲ ਕੰਨ ਦੇ ਵਾਲੇ ਜਿਨ੍ਹਾਂ ਉਪਰ ਲਾਲ ਜੜੇ ਹੋਏ ਹਨ ਉਹ ਮੈਨੂੰ ਇਉਂ ਦਿਸਦੇ ਹਨ ਜਿਵੇਂ ਸੜੇ ਹੋਏ ਕਾਨੇ ਹੁੰਦੇ ਹਨ ਜੋ ਬਾਹਰੋਂ ਲਿਸ਼ਕਦੇ ਹਨ ਪਰ ਅੰਦਰੋਂ ਸੜੇ ਹੋਏ ਸਵਾ ਹੁੰਦੇ ਹਨ ਇਸੇ ਪ੍ਰਕਾਰ ਇਹੀ ਹਾਲ ਉਹਨਾਂ ਦਾ ਹੈ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਨਹੀਂ ਹੈ ਪੰਜਵਾਂ ਸ਼ਲੋਕ ਕਬੀਰ ਐਸਾ ਏਕ ਆਦ ਜੋ ਜੀਵਤ ਮਿਰਤਕ ਹੋਏ ਨਿਰਪੈ ਹੋਏ ਕੈ ਗੁਣ ਰਵੈ ਜਤ ਪੇਖੋ ਤਤ ਸੋਏ ਕਬੀਰ ਜੀ ਫਰਮਾਉਂਦੇ ਹਨ ਅਜਿਹਾ ਕੋਈ ਇੱਕ ਅਦਾ ਵਿਰਲਾ ਹੀ ਹੁੰਦਾ ਹੈ ਜਿਹੜਾ ਜਿਉਂਦੇ ਹੀ ਮੁਰਦੇ ਸਮਾਨ ਹੋਏ ਉਹ ਦੁੱਖਾਂ ਸੁੱਖਾਂ ਵਿੱਚ ਅਡੋਲ ਰਹਿੰਦਾ ਹੈ ਐਸਾ ਪੁਰਸ਼ ਨਿਰਪੈ ਹੋ ਕੇ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਜਿੱਧਰ ਵੇਖਦਾ ਹੈ ਉਧਰ ਹੀ ਉਸ ਨੂੰ ਪ੍ਰਮਾਤਮਾ ਹੀ ਨਜ਼ਰ ਆਉਂਦਾ ਹੈ 6ਵਾਂ ਸ਼ਲੋਕ ਕਬੀਰ ਜਾ ਦਿਨ ਹੋ ਬੂਆ ਪਾਛੇ ਭਇਆ ਆਨੰਦ ਮੋਹਿ ਮਿਲਿਓ ਪ੍ਰਭ ਆਪਨਾ ਸੰਗੀਏ ਭਜੈ ਗੋਬਿੰਦ ਕਬੀਰ ਜੀ ਫਰਮਾਉਂਦੇ ਹਨ ਜਿਸ ਦਿਨ ਬੰਦੇ ਦੀ ਮਾਂ ਮੇਰੀ ਮਰ ਜਾਂਦੀ ਹੈ ਉਸ ਤੋਂ ਬਾਅਦ ਬੰਦਾ ਆਨੰਦ ਵਿੱਚ ਆ ਜਾਂਦਾ ਹੈ ਜਦੋਂ ਬੰਦੇ ਨੂੰ ਆਪਣਾ ਮਾਲਕ ਮਿਲ ਜਾਂਦਾ ਹੈ ਤਾਂ ਉਸ ਦੇ ਸੰਗੀ ਯਾਨੀ ਕਿ ਗਿਆਨ ਇੰਦਰੇ ਪ੍ਰਮਾਤਮਾ ਦੇ ਭਜਨ ਸਿਮਰਨ ਵਿੱਚ ਲੱਗ ਜਾਂਦੇ ਹਨ ਸਤਵਾਂ ਸ਼ਲੋਕ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ ਕਬੀਰ ਜੀ ਕਹਿੰਦੇ ਹਨ ਮੈਂ ਸਭ ਤੋਂ ਬੁਰਾ ਹਾਂ ਮੈਨੂੰ ਛੱਡ ਕੇ ਹੋਰ ਸਭ ਚੰਗੇ ਹਨ ਜਿਸ ਨੇ ਅਜਿਹਾ ਕਰਕੇ ਸਮਝ ਲਿਆ ਉਹੀ ਮੇਰਾ ਮਿੱਤਰ ਹੈ ਅੱਠਵਾਂ ਸ਼ਲੋਕ ਕਬੀਰ ਆਈ ਮੁਝੇ ਪੈ ਅਨੇਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਉਨਕੀਨੋ ਆਦੇਸ਼ ਕਬੀਰ ਜੀ ਕਹਿੰਦੇ ਹਨ ਮੇਰੇ ਪਾਸ ਮਾਇਆ ਕਈ ਪ੍ਰਕਾਰ ਦੇ ਭੇਸ ਕਰਕੇ ਆਉਂਦੀ ਹੈ ਸਾਨੂੰ ਉਸ ਖੇਖਣ ਹਾਰੀ ਤੋਂ ਮੇਰੇ ਗੁਰੂ ਜੀ ਹੀ ਰੱਖਦੇ ਹਨ ਇਸ ਤਰ੍ਹਾਂ ਉਹ ਮਾਇਆ ਸਾਨੂੰ ਨਮਸਕਾਰ ਕਰਕੇ ਚਲੀ ਜਾਂਦੀ ਹੈ ਨੌਵਾਂ ਸ਼ਲੋਕ ਕਬੀਰ ਸੋਈ ਮਾਰਿਆ ਜਹ ਮੂਆ ਸੁਖ ਹੋਏ ਪਲੋ ਪਲੋ ਸਭ ਕੋ ਕਹੈ ਬੁਰੋ ਨਾ ਮਾਨੈ ਕੋਏ ਕਬੀਰ ਜੀ ਫਰਮਾਉਂਦੇ ਹਨ ਉਹ ਵਸਤੂ ਜਿਸ ਨੂੰ ਹਉਮੈ ਕਹਿੰਦੇ ਹਨ ਉਸ ਨੂੰ ਮਾਰਨਾ ਚਾਹੀਦਾ ਹੈ ਜਿਸ ਦੇ ਮਰਨ ਕਰਕੇ ਆਪਣੇ ਮਨ ਨੂੰ ਸੁਖ ਪ੍ਰਾਪਤ ਹੁੰਦਾ ਹੈ ਫਿਰ ਸਭ ਕੋਈ ਚੰਗਾ ਚੰਗਾ ਕਰਕੇ ਆਖੇ ਤੇ ਇਸ ਦੇ ਮਰਨ ਨੂੰ ਬੁਰਾ ਕੋਈ ਨਾ ਆਖੇ ਦਸਵਾਂ ਸ਼ਲੋਕ ਕਬੀਰ ਰਾਤੀ ਹੋਵੇ ਕਾਰਿਆ ਕਰੇ ਉਭੇ ਜੰਤ ਲੈ ਫਾਹੇ ਉਠਤਾਵਤੇ ਸੇ ਜਾਨ ਮਾਰੇ ਭਗਵੰਤ ਕਬੀਰ ਜੀ ਫਰਮਾਉਂਦੇ ਹਨ ਜਦ ਰਾਤਾ ਹਨੇਰੀਆਂ ਹੋਣ ਤਾਂ ਸਾਰੇ ਜੰਤ ਚੋਰ ਲੋਕ ਚੋਰੀ ਲਈ ਉੱਠ ਖੜੇ ਹੁੰਦੇ ਹਨ ਤੇ ਹੱਥਾਂ ਵਿੱਚ ਫਾਈਆਂ ਲੈ ਕੇ ਉਠ ਦੌੜਦੇ ਹਨ ਐਸੇ ਬੰਦਿਆਂ ਨੂੰ ਇਉਂ ਜਾਣੋ ਕਿ ਉਹ ਰੱਬ ਦੇ ਮਾਰੇ ਹੋਏ ਹਨ ਜਾਂ ਕਹਿ ਲੋ ਤ੍ਰਸਕਾਰੇ ਹੋਏ ਹਨ 11ਵਾਂ ਸ਼ਲੋਕ ਕਬੀਰ ਚੰਦਨ ਦਾ ਬਿਰਵਾ ਪਲਾ ਵੇੜੇ ਉਹ ਟਾਕ ਪਲਾਸ ਓਏ ਭੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਬੀਰ ਜੀ ਕਹਿੰਦੇ ਹਨ ਚੰਦਨ ਦਾ ਬ੍ਰਿਛ ਚੰਗਾ ਹੈ ਜਿਹੜਾ ਛਿਛਰਿਆਂ ਨਾਲ ਬੁਲੇਟਿਆ ਹੋਇਆ ਹੁੰਦਾ ਹੈ ਉਬੇ ਸੁਗੰਧੀ ਨਾਲ ਚੰਦਰ ਰੂਪੀ ਹੋ ਜਾਂਦਾ ਹੈ ਜਿਹੜਾ ਚੰਦਨ ਦੇ ਪਾਸ ਵੱਸਦਾ ਹੈ 12ਵਾਂ ਸ਼ਲੋਕ ਕਬੀਰ ਬਾਸ ਵਡਾਈ ਬੁੱਢਿਆ ਇਉਂ ਮਤ ਡੂਬੋ ਕੋਏ ਚੰਦਨ ਕੈ ਨਿਕਟਾ ਵਸਾ ਬਾਸ ਸੁਗੰਧ ਨਾ ਹੋਏ ਕਬੀਰ ਜੀ ਕਹਿੰਦੇ ਹਨ ਬਾਸ ਆਪਣੀ ਵਡਿਆਈ ਵਿੱਚ ਹੀ ਰਹਿੰਦਾ ਹੈ ਕਿ ਮੈਂ ਲੰਬਾ ਹਾਂ ਮੈਂ ਉੱਚਾ ਹਾਂ ਇਸ ਵਿੱਚ ਇਹੋ ਡੋਬ ਰਿਹਾ ਹੈ ਜਿਸ ਕਰਕੇ ਭਾਵੇਂ ਉਹ ਵੀ ਚੰਦਨ ਦੇ ਪਾਸ ਹੀ ਵਸਦਾ ਹੈ ਪਰ ਉਸ ਵਿੱਚ ਸੁਗੰਧ ਨਹੀਂ ਹੁੰਦੀ ਕਬੀਰ ਜੀ ਬਾਸ ਵਿੱਚ ਹੌਮੇ ਦਾ ਤੇ ਢਾਕ ਪਲਾਸ ਵਿੱਚ ਨਿਮਰਤਾ ਦਾ ਸੰਕੇਤ ਦਿੰਦੇ ਹਨ 13ਵਾਂ ਸ਼ਲੋਕ ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ ਪਾਇ ਕੋਹਾੜਾ ਮਾਰਿਆ ਗਾਫਿਲ ਆਪਣਾ ਹੱਥ ਕਬੀਰ ਜੀ ਕਹਿੰਦੇ ਹਨ ਦੁਨੀਆ ਦੇ ਮਾਇਆ ਦੇ ਰਸਾ ਕਸਾਂ ਨਾਲ ਲਾਕੇ ਆਪਣਾ ਧਰਮ ਵੀ ਗਵਾ ਲਿਆ ਪਰੰਤੂ ਦੁਨੀਆ ਫੇਰ ਵੀ ਨਾਲ ਨਾ ਚੱਲੀ ਗਾਫਲ ਭੁੱਲੜ ਨੇ ਆਪਣੇ ਹੱਥੀ ਹੀ ਪੈਰਾਂ ਤੇ ਕੋਹਾੜਾ ਮਾਰ ਲਿਆ ਪ੍ਰਮਾਤਮਾ ਦੇ ਸ਼ਬਦਾਂ ਨੂੰ ਛੱਡ ਕੇ ਸੰਸਾਰ ਦੇ ਧੰਦਿਆਂ ਵਿੱਚ ਜਨਮ ਪਤੀਤ ਕਰ ਦਿੱਤਾ 14ਵਾਂ ਸ਼ਲੋਕ ਕਬੀਰ ਜਹਾਂ ਜਹਾਂ ਹਾਂ ਫਿਰਿਓ ਕੌਤਕ ਠਾਓ ਠਾਏ ਇਕ ਆਰਾਮ ਸਨੇਹੀ ਬਾਹਰਾ ਉਜਰ ਮੇਰਾ ਪਾਏ ਕਬੀਰ ਜੀ ਕਹਿੰਦੇ ਹਨ ਜਿੱਥੇ ਜਿੱਥੇ ਮੈਂ ਫਿਰਿਆ ਹਾਂ ਉਥੇ-ਉਥੇ ਹੀ 다 다ਤੇ ਤਮਾਸ਼ੇ ਹੀ ਵੇਖੇ ਹਨ ਪਰ ਇੱਕ ਰਾਮ ਦੇ ਪ੍ਰੇਮੀ ਤੋਂ ਬਿਨਾ ਮੇਰੇ ਬਾਣੇ ਉਹ ਥਾਂ ਸਭ ਉਜਾੜ ਹਨ ਜਿੱਥੇ ਰਾਮ ਦਾ ਭਗਤੀ ਭਾਵ ਨਾਲ ਪ੍ਰੇਮੀ ਨਹੀਂ ਹੈ 15ਵਾਂ ਸ਼ਲੋਕ ਕਬੀਰ ਸੰਤਨ ਕੀ ਝੁੰਗੀਆਂ ਭਲੇ ਪਟ ਕੁਸਤੀ ਗਾਓ ਆਗ ਲਗੋ ਤਹਿ ਧੋਲ ਹਰ ਜਹ ਨਾਹੀ ਹਰ ਕੋ ਨਾਓ ਕਬੀਰ ਜੀ ਦਾ ਕਥਨ ਹੈ ਕਿ ਸੰਤਾਂ ਦੀ ਝੁੱਗੀ ਚੰਗੀ ਹੈ ਇਹ ਭੋਰੇ ਪੁਰਸ਼ ਦਾ ਪਿੰਡ ਵੀ ਪੱਠੀ ਸਮਾਨ ਹੈ ਫੇਰ ਕਬੀਰ ਜੀ ਫਰਮਾਉਂਦੇ ਹਨ ਕਿ ਉਸ ਰਾਜ ਮਹਿਲ ਨੂੰ ਅਗ ਲੱਗ ਜਾਵੇ ਜਿਸ ਵਿੱਚ ਪਰਮਾਤਮਾ ਦਾ ਨਾਮ ਲਿਆ ਨਹੀਂ ਜਾਂਦਾ 16ਵਾਂ ਸ਼ਲੋਕ ਕਬੀਰ ਸਤ ਮੋਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਰੋਵੋ ਸਾਖਤ ਵਾਪਰੇ ਜੋ ਹਾਟਾ ਹਾਟ ਵਿਕਾਏ ਕਬੀਰ ਜੀ ਕਹਿੰਦੇ ਹਨ ਭਲੇ ਪੁਰਸ਼ ਦੇ ਮਰੰਤੇ ਕਿਉਂ ਰੋਈਏ ਜਿਹੜਾ ਆਪਣੇ ਘਰ ਜਾਂਦਾ ਹੈ ਹਾ ਉਸ ਬੁਰੇ ਪੁਰਸ਼ ਵਿਚਾਰੇ ਨੂੰ ਰੋਣਾ ਕਰੋ ਜਿਹੜਾ ਹੱਟੀ-ਹੱਟੀ ਵਿਗਦਾ ਹੈ ਤੇ ਬੇਕਦਰਾਂ ਹੋਇਆ ਜੁਨਾ ਵਿੱਚ ਭਟਕਦਾ ਫਿਰਦਾ ਹੈ 17ਵਾਂ ਸ਼ਲੋਕ ਕਬੀਰ ਸਾਖਤ ਐਸਾ ਹੈ ਜੈਸੀ ਲਸਣ ਕੀ ਖਾਨ ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ ਕਬੀਰ ਜੀ ਫਰਮਾ ਰਹੇ ਹਨ ਖੋਟਾ ਪੁਰਸ਼ ਐਸਾ ਹੈ ਜਿਸ ਤਰ੍ਹਾਂ ਕੇ ਥੋਮ ਦੀ ਖਾਨ ਜਿਸ ਨੂੰ ਭਾਵੇਂ ਨੁਕਰ ਵਿੱਚ ਬੈਠ ਕੇ ਖਾਈਏ ਅੰਤ ਨੂੰ ਉਸ ਦੀ ਬੂ ਪ੍ਰਗਟ ਹੋ ਕੇ ਹੀ ਰਹਿੰਦੀ ਹੈ 18ਵਾਂ ਸ਼ਲੋਕ ਕਬੀਰ ਮਾਇਆ ਡੋਲਨੀ ਪਵਨ ਚ ਘੋਲਣ ਹਾਰ ਸੰਤੋ ਮਾਖਨ ਖਾਇਆ ਛਾਛ ਪੀਐ ਸੰਸਾਰ ਕਬੀਰ ਜੀ ਕਹਿੰਦੇ ਹਨ ਮਾਇਆ ਮੱਟੀ ਹੈ ਦੁੱਧ ਰੜਕਣ ਵਾਲੀ ਤੇ ਹਵਾ ਉਸ ਨੂੰ ਰੜਕਣ ਵਾਲੀ ਹੈ ਉਸ ਦਾ ਮੱਖਣ ਸ਼ੁਭ ਗੁਣ ਸੰਤਾਂ ਨੇ ਖਾਦਾ ਹੈ ਤੇ ਸੰਸਾਰ ਉਸ ਦੀ ਲੱਸੀ ਯਾਨੀ ਕਿ ਮਦਵਾਸ਼ਨਾਵਾਂ ਪਿੰਦਾ ਹੈ 19ਵਾਂ ਸ਼ਲੋਕ ਕਬੀਰ ਮਾਇਆ ਢੋਲਨੀ ਪਵਨ ਵਹੈ ਹਿ ਵਧਾਰ ਜਿਨ ਬਿਲੋਇਆ ਤਿਨ ਖਾਇਆ ਅਵਰ ਬਿਲੋਵਨ ਹਾਰ ਕਬੀਰ ਜੀ ਫਰਮਾ ਰਹੇ ਹਨ ਮਾਇਆ ਦੁਨੀਆ ਵਿੱਚ ਇੱਕ ਮੱਟੀ ਹੈ ਤੇ ਪੌਣ ਸਵਾਸ ਰੂਪ ਬਰਫ਼ ਵਾਂਗੂ ਠੰਡੀ ਵਗ ਰਹੀ ਹੈ ਜਿਸਨੇ ਰੜਕਿਆ ਯਾਨੀ ਕਿ ਸਵਾਸ ਸਵਾਸ ਨਾਮ ਜਪਿਆ ਹੈ ਉਸਨੇ ਨਾਮ ਰੂਪ ਮੱਖਣ ਖਾਦਾ ਹੈ ਤੇ ਹੋਰ ਸਾਰੇ ਰੜਕਣ ਵਾਲੇ ਰੜਕਦੇ ਹੀ ਰਹਿ ਗਏ 20ਵਾਂ ਸ਼ਲੋਕ ਕਬੀਰ ਮਾਇਆ ਚੋਰੀ ਟੀ ਮੁਸ ਮੁਸ ਲਾਵੇ ਹਾਟ ਏਕ ਕਬੀਰਾ ਨਾਮੁਸੈ ਜਿਨ ਕੀਨੀ ਬਾਰਹ ਬਾਟ ਕਬੀਰ ਜੀ ਦਾ ਕਥਨ ਹੈ ਕਿ ਮਾਇਆ ਠਗਨੀ ਠੱਗ ਠਾਕ ਕੇ ਵਿਕਾਰਾਂ ਰੂਪ ਹੱਟੀਆਂ ਲਾਉਂਦੀ ਹੈ ਤਰ੍ਹਾਂ ਤਰ੍ਹਾਂ ਦੇ ਰੂਪ ਧਾਰ ਕੇ ਪੁਰਸ਼ ਨੂੰ ਭਟਕਾਉਂਦੀ ਹੈ ਪਾਰੇ ਕੋ ਕਬੀਰ ਨਹੀਂ ਠੱਗਾ ਜਾਂਦਾ ਜਿਸਨੇ ਮਾਇਆ ਨੂੰ ਬਾਰਾ ਟੋਟਿਆਂ ਵਿੱਚ ਕਰ ਦਿੱਤਾ ਹੈ ਪਾਪ ਨਸ਼ਟ ਕਰ ਦਿੱਤਾ ਹੈ ਤੇ ਇਸ ਦਾ ਕੋਈ ਰੂਪ ਵੀ ਸਵੀਕਾਰ ਨਹੀਂ ਕੀਤਾ 21ਵਾਂ ਸ਼ਲੋਕ ਕਬੀਰ ਸੁਖ ਨਾ ਇਹ ਜੁਗ ਕਰਹਿ ਜੋ ਬਹੁਤੈ ਮੀਤ ਜੋ ਜਿਤ ਰੱਖੈ ਏਕ ਸਿਉ ਤੇ ਸੁਖ ਪਾਵੈ ਨੀਤ ਕਬੀਰ ਜੀ ਫਰਮਾਉਂਦੇ ਹਨ ਕਿ ਇਸ ਯੁਗ ਵਿੱਚ ਸੁਖ ਨਹੀਂ ਹੈ ਤੂੰ ਜੋ ਬਹੁਤੈ ਮਿੱਤਰ ਮਾਇਕ ਪਦਾਰਥਾਂ ਦਾ ਪਿਆਰ ਕਰ ਰਿਆ ਹੈ ਜੇ ਤੋ ਇੱਕ ਪਰਮਾਤਮਾ ਨਾਲ ਮਨ ਨੂੰ ਲਾ ਕੇ ਰੱਖੇ ਤਾਂ ਤੂੰ ਸਦਾ ਹੀ ਸੁਖੀ ਹੋਵੇਂ ਬਾਈਂਵਾਸ ਲੋਕ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਕਬੀਰ ਜੀ ਫਰਮਾਉਂਦੇ ਹਨ ਜਿਸ ਮਰਨ ਤੋਂ ਸੰਸਾਰੀ ਲੋਕ ਡਰਦੇ ਹਨ ਉਸ ਤੋਂ ਮੇਰੇ ਮਨ ਨੂੰ ਖੁਸ਼ੀ ਮਿਲਦੀ ਹੈ ਕਿਉਂਕਿ ਮਰਨ ਕਰਕੇ ਹੀ ਪੂਰਨ ਪਰਮ ਬ੍ਰਹਮ ਨੂੰ ਪਾਈਦਾ ਹੈ ਦੇਈਵਾ ਸ਼ਲੋਕ RAM ਪਦਾਰਥ ਪਾਇਕ ਹੈ ਕਬੀਰਾ ਗਾਂਠ ਨਾ ਖੋਲ ਨਹੀਂ ਪਟਣ ਨਹੀਂ 파ਰਖੂ ਨਹੀਂ ਗਾਹਕ ਨਹੀਂ ਮੋਲ ਕਬੀਰ ਜੀ ਫਰਮਾਉਂਦੇ ਹਨ ਕਿ हे ਕਬੀਰ RAM ਨਾਮ ਵਸਤੂ ਨੂੰ ਪ੍ਰਾਪਤ ਕਰਕੇ ਉਸ ਦੀ ਗੰਢ ਨਾ ਖੋਲ ਭਾਵੇਂ ਹਿਰਦੇ ਵਿੱਚ ਹੀ ਟਿਕਿਆ ਰਹਿਣ ਦੇ ਕਿਉਂਕਿ ਇੱਥੇ ਨਾ ਸ਼ਹਿਰ ਹੈ ਨਾ ਹੀ ਕੋਈ ਇਸ ਵਸਤੂ ਨੂੰ ਪਰਖਣ ਵਾਲਾ ਹੈ ਨਾ ਹੀ ਇਸ ਦਾ ਕੋਈ ਖਰੀਦਦਾਰ ਹੈ तो ना ही कोई इसका मुल है यह अमुल वस्तु है इसका गाहक कोई आत्म गयानी ही हो सकता है चौवीवं श्लोक कबीर तांस्यों प्रीत कर जाको ठाकुर राम पंडित राजे भूपती आवै कौने काम कबीर जी फरमाते हैं कि हे कबीर तू उस प्रेम कर जिसका मालक एक राम है क्योंकि पंडित राजे ਤੇ ਵੱਡੇ ਪ੍ਰithvi ਪਤੀ ਕਿਸੇ ਵੀ ਕੰਮ ਨਹੀਂ ਆਉਂਦੇ। ਅੰਤ ਨੂੰ ਕੇਵਲ ਇੱਕ ਰਾਮ ਹੀ ਸਹਾਈ ਹੁੰਦਾ ਹੈ। 25ਵਾਂ ਸ਼ਲੋਕ ਕਬੀਰ ਪ੍ਰੀਤ ਇੱਕ ਸਿਉ ਕੀਏ ਆਂ ਦੁਬਿਧਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰਰ ਮੁੜਾਏ। ਕਬੀਰ ਜੀ ਕਹਿੰਦੇ ਹਨ ਇੱਕ ਪ੍ਰਮਾਤਮਾ ਨਾਲ ਪ੍ਰੇਮ ਕਰਨ ਨਾਲ ਮਨ ਦੀ ਹੋਰ ਡਾਵਾਂ ਡੋਲਣਾ ਚਲੀ ਜਾਂਦੀ ਹੈ। ਪ੍ਰਮਾਤਮਾ ਨਾਲ ਪ੍ਰੇਮ ਤੋਂ ਬਿਨਾਂ ਸਿਰ ਉੱਤੇ ਭਾਵੇਂ ਲੰਮੇ ਕੇਸ ਕਰਕੇ ਜਟਾ ਰੱਖ ਲੈ ਤੇ ਭਾਵੇਂ ਸਿਰ ਨੂੰ ਘੋਨਮੋਰ ਕਰਕੇ ਟੰਡ ਕੱਢ ਲੈ ਪਰ ਮਨ ਦੀ ਦੁਜੀਤੀ ਦੂਰ ਨਹੀਂ ਹੋਏਗੀ 26ਵਾਂ ਸ਼ਲੋਕ ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇਤਿਸ 마હે ਹਉ ਬਲੇਹਾਰੀ ਤਿਨ ਕੋ ਪੈਸ ਜੋ ਨਿਕਸ ਜਾਹੇ ਹੈ ਕਬੀਰ ਇਹ ਜਗਤ ਕੱਜਲ ਯਾਨੀ ਕਿ ਕਾਲੇ ਸੂਰਮੇ ਦੀ ਕੋਠੜੀ ਸਮਾਨ ਹੈ ਤੇ ਇਸ ਵਿੱਚ ਅਨੇ ਅਗਿਆਨੀ ਪੈਂਦੇ ਹਨ ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ ਹਾਂ ਜਿਹੜੇ ਇਸ ਵਿੱਚ ਪੈ ਕੇ ਫਿਰ ਕਾਲਖ ਲੱਗਣ ਤੋਂ ਬਿਨਾ ਨਿਕਲ ਜਾਂਦੇ ਹਨ ਭਾਵ ਸੰਸਾਰਕ ਪਦਾਰਥਾਂ ਦੀ মোহ ਮਾਇਆ ਦੇ ਕੱਜਲ ਵਿੱਚੋਂ ਜਿਹੜੇ ਨਿਰਲੇਪ ਰਹਿ ਕੇ ਕਾਲੇ ਹੋਣ ਤੋਂ ਬਚ ਕੇ ਨਿਕਲ ਆਉਂਦੇ ਹਨ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ 27ਵਾਂ ਸ਼ਲੋਕ ਕਬੀਰ ਇਹੋ ਤਨ ਜਾਏਗਾ ਸਕੋ ਤਲੇਹੋ ਬਹੋਰ ਨਾਂਗੇ ਪਾਵੋ ਤੇ ਗਏ ਜਿਨਕੇ ਲੱਖ ਕਰੋੜ ਕਬੀਰ ਜੀ ਫਰਮਾਉਂਦੇ ਹਨ ਕਿ ਇਹ ਸਰੀਰ ਚਲਾ ਜਾਏਗਾ ਰਹੇਗਾ ਨਹੀਂ ਜੇਕਰ ਤੂੰ ਇਸ ਨੂੰ ਜਾਣ ਤੋਂ ਮੋੜ ਸਕਦਾ ਹੈ ਤਾਂ ਰੱਖ ਲੈ ਕਿਉਂਕਿ ਜਿਨ੍ਹਾਂ ਦੇ ਪਾਸ ਲੱਖਾਂ ਕਰੋੜਾਂ ਸਨ ਉਹ ਵੀ ਅੰਤ ਨੂੰ ਇੱਥੋਂ ਨੰਗੇ ਪੈਰੀ ਹੀ ਗਏ ਹਨ 28ਵਾਂ ਸ਼ਲੋਕ ਕਬੀਰ ਇਹੋ ਤਨ ਜਾਏਗਾ ਕਬਨਾ ਮਾਰਗ ਲਾਏ ਕਹਿ ਸੰਗਤ ਕਰ ਸਾਧਕੀ ਕਹਿ ਹਰ ਕਹਿ ਗੁਣ ਗਾਏ ਹੇ ਕਬੀਰ ਇਹ ਸਰੀਰ ਚਲਾ ਜਾਏਗਾ ਇਸ ਲਈ ਇਸ ਨੂੰ ਕਿਸੇ ਚੰਗੇ ਰਸਤੇ ਤੇ ਲਾ ਲੈ ਜਾਂ ਸਾਧੂ ਦੀ ਸੰਗਤ ਕਰ ਲੈ ਤੇ ਜਾਂ ਫਿਰ ਹਰੀ ਦੇ ਗੁਣ ਗਾਇਆ ਕਰ 29ਵਾਂ ਸ਼ਲੋਕ ਕਬੀਰ ਮਰਤਾ ਮਰਤਾ ਜਗ ਮੂਆ ਮਰ ਵੀ ਨਾ ਜਾਣਿਆ ਕੋਏ ਐਸੇ ਮਰਨੇ ਜੋ ਮਰਐ ਬਹਰ ਨਾ ਮਰਨਾ ਹੋਏ ਕਬੀਰ ਜੀ ਫਰਮਾਉਦੇ ਹਨ ਜਗਤ ਦੇ ਜੀਵ ਮਰਦੇ ਮਰਦੇ ਸਾਰੇ ਮਰ ਗਏ ਹਨ ਪਰ ਅਸਲ ਵਿੱਚ ਜੀਵਤ ਭਾਵ ਤੋਂ ਮਰਨਾ ਕਿਸੇ ਨੇ ਨਹੀਂ ਜਾਣਿਆ ਜੀਵਤ ਭਾਵ ਦੇ ਮਰਨੇ ਕਰਕੇ ਜੋ ਮਰਦੇ ਹਨ ਉਹਨਾਂ ਦਾ ਫਿਰ ਮਰਨਾ ਨਹੀਂ ਹੁੰਦਾ ਤੀਵਾਂ ਸ਼ਲੋਕ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰਾ ਬਾਰ ਜਿਉ ਬਨਫਲ ਪਾਕੇ ਭੋਏ ਗਿਰੈ ਬਹਰ ਨਾ ਲਾਗੇ ਡਾਰ ਕਬੀਰ ਜੀ ਫਰਮਾਉਂਦੇ ਹਨ ਮਨੁੱਖਾ ਜਨਮ ਦੁਰਲਭ ਹੈ ਇਹ ਮੁੜ ਮੁੜ ਕੇ ਨਹੀਂ ਆਉਂਦਾ ਜਿਸ ਤਰ੍ਹਾਂ ਦਰਖਤਾਂ ਦੇ ਪੱਕੇ ਹੋਏ ਫਲ ਪੁੰਜੇ ਡਿੱਗ ਪੈਂਦੇ ਹਨ ਤੇ ਫਿਰ ਦਰਖਤਾਂ ਦੀ ਡਾਲੀ ਨਾਲ ਨਹੀਂ ਲੱਗ ਸਕਦੇ ਉਸੇ ਪ੍ਰਕਾਰ ਇਹ ਜੀਵਨ ਮੜਮੜ ਕੇ ਨਹੀਂ ਮਿਲਦਾ 31ਵਾਂ ਸ਼ਲੋਕ ਕਬੀਰ ਆ ਤੂੰ ਹੀ ਕਬੀਰ ਤੂੰ ਤੇਰੋ ਨਾਮ ਕਬੀਰ RAM ਰਤਨ ਤਬ ਪਾਈਐ ਜੋ ਪਹਿਲੇ ਤਜੇ ਸਰੀਰ ਕਬੀਰ ਜੀ ਫਰਮਾਉਂਦੇ ਹਨ हे ਕਬੀਰ ਤੂੰ ਹੀ ਕਬੀਰ ਹੈ ਤੇ ਤੇਰਾ ਨਾਮ ਹੀ ਕਬੀਰ ਹੈ ਵਾਹਿਗੁਰੂ ਦੇ ਅਮੁੱਲਕ ਰਤਨ ਨੂੰ ਤਦੋਂ ਪਾਈਦਾ ਹੈ ਜਦੋਂ ਪਹਿਲਾ ਸਰੀਰ ਦਾ ਆਪਾ ਭਾਗ ਤਿਆਗ ਦਈਏ ਬੱਤੀਵਾਸ ਲੋਕ ਕਬੀਰ ਝੰਖਣਾ ਝੰਖੀ ਹੈ ਤੁਮਰੋ ਕਹਿਓ ਨਾ ਹੋਏ ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਾਕੈ ਕੋਈ ਕਬੀਰ ਜੀ ਫਰਮਾਉਂਦੇ ਹਨ ਕਿ हे ਕਬੀਰ ਬੇਅਰਥ ਬਕਬਕ ਨਾ ਕਰੀਏ ਤੇਰਾ ਕਹਿ ਕੁਝ ਨਹੀਂ ਹੋਣਾ ਬਖਸ਼ਿਸ਼ ਕਰਨ ਵਾਲਾ ਬਖਸ਼ਿਸ਼ ਦਾ ਮਾਲਕ ਵਾਹਿਗੁਰੂ ਜੋ ਕਰਦਾ ਹੈ ਉਸ ਨੂੰ ਕੋਈ ਮੇਟ ਨਹੀਂ ਸਕਦਾ 33ਵਾਂ ਸਲੋ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ ਰਾਮ ਕਸੌਟੀ ਸੋ ਸਹ ਜੋ ਮਰ ਜੀਵਾ ਹੋਏ ਕਬੀਰ ਜੀ ਫਰਮਾਉਂਦੇ ਹਨ ਵਾਹਿਗੁਰੂ ਦੀ ਕਸੌਟੀ ਯਾ ਪਰਖ ਅਗੇ ਕੋਈ ਝੂਠਾ ਠਹਿਰ ਨਹੀਂ ਸਕਦਾ ਵਾਹਿਗੁਰੂ ਦੀ ਪਰਖ ਉਹੀ ਸਹਾਰਦਾ ਹੈ ਜਿਹੜਾ ਜੀਵ ਸੰਸਾਰ ਦੇ ਮੋਹ ਵੱਲੋਂ ਮਰ ਕੇ ਵਾਹਿਗੁਰੂ ਦੇ ਪ੍ਰੇਮ ਵਿੱਚ ਜਿਉਂਦਾ ਹੈ 34ਵਾਂ ਸ਼ਲੋਕ ਕਬੀਰ ਉਜਲ ਪਹਿਰੇ ਕਾਪਰੇ ਪਾਂ ਸੁਪਾਰੀ ਖਾਹੇ ਇੱਕ ਅਸ ਹਰ ਕੇ ਨਾਮ ਬਿਨ ਵਾਦੇ ਜੰਪੂਰ ਜਾਹੇ ਕਬੀਰ ਜੀ ਫਰਮਾਉਂਦੇ ਹਨ ਕਿ ਜਿਹੜੇ ਸੋਹਣੇ ਕੱਪੜੇ ਪਹਿਨਦੇ ਹਨ ਤੇ ਪਾਂ ਸੁਪਾਰੀਆਂ ਖਾਂਦੇ ਹਨ ਉਹ ਇੱਕ ਹਰੀ ਦੇ ਨਾਮ ਸਿਮਰਨ ਤੋਂ ਬਿਨਾ ਜਮਾ ਦੇ ਬੰਨੇ ਹੋਏ ਜੰਪੂਰੀ ਨੂੰ ਜਾਂਦੇ ਹਨ 35ਵਾਂ ਸ਼ਲੋਕ ਕਬੀਰ ਬੇੜਾ ਜਰਜਰਾ ਫੁੱਟੇ 6000 ਹਰੂਏ ਹਰੂਏ ਡਰ ਗਏ ਡੂਬੇ ਜਿਨ ਸਿਰ ਭਾਰ ਕਬੀਰ ਜੀ ਕਹਿੰਦੇ ਹਨ ਇਹ ਸਰੀਰੂ ਬੇੜਾ ਪੁਰਪਰਾ ਹੈ ਜਿਸ ਨੂੰ ਹਜ਼ਾਰਾਂ ਛੇ ਫੁੱਟੇ ਹੋਏ ਹਨ ਪਨ ਆਤਮਾ ਹੌਲੇ ਪਰਸਤਾ ਇਸ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ ਪਰ ਜਿਨ੍ਹਾਂ ਦੇ ਸਿਰ ਤੇ ਪਾਪਾ ਰੂਪੀ ਭਾਰ ਹੈ ਉਹ ਇਸ ਵਿੱਚ ਡੁੱਬ ਜਾਂਦੇ ਹਨ 36ਵਾਂ ਸ਼ਲੋਕ ਕਬੀਰ ਹਾੜ ਜਰੇ ਜਿਉ ਲੱਕਰੀ ਕੇਸ ਜਰੇ ਜਿਉ ਕਾਸ ਇਹੋ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ ਕਬੀਰ ਜੀ ਕਹਿੰਦੇ ਹਨ ਪੁਰਸ਼ ਦੀਆਂ ਹੱਡੀਆਂ ਇਸ ਤਰ੍ਹਾਂ ਸੜਦੀਆਂ ਹਨ ਜਿਵੇਂ ਲੱਕੜੀ ਸੜਦੀ ਹੈ ਤੇ ਸਰੀਰ ਦੇ ਵਾਲ ਕਾ ਵਾਂਗੂ ਸੜਦੇ ਹਨ ਇਸ ਤਰ੍ਹਾਂ ਇਸ ਸੰਸਾਰ ਨੂੰ ਸੜਦੇ ਦੇਖ ਕੇ ਕਬੀਰ ਜੀ ਬਹੁਤ ਉਦਾਸ ਹੁੰਦੇ ਹਨ 37ਵਾਂ ਸ਼ਲੋਕ ਕਬੀਰ ਗਰਵ ਨਾ ਕੀਜੀਐ ਜਾਮ ਲਪੇਟੇ ਹੱਡ ਹੈਵਰ ਉੱਪਰ ਛਤਰ ਤਰ ਤੇ ਫੁਨ ਧਰਨੀ ਗਾੜ ਹੈ ਕਬੀਰ ਸੰਸਾਰ ਦਾ ਹੰਕਾਰ ਨਾ ਕਰੀਏ ਇਹ ਤਾਂ ਚੰਮ ਨਾਲ ਲਪੇਟੇ ਹੋਏ ਹੱਡ ਹਨ ਚੰਗੇ ਘੋੜਿਆਂ ਉੱਤੇ ਚੜਨ ਤੇ ਛਤਰਾਂ ਹੇਠਾਂ ਤੁਰਨ ਵਾਲੇ ਧਰਤੀ ਵਿੱਚ ਹੀ ਗੱਡੇ ਜਾਂਦੇ ਹਨ 38ਵਾਂ ਸ਼ਲੋਕ ਕਬੀਰ ਗਰਵ ਨਾ ਕੀਜੀਐ ਉੱਚਾ ਦੇਖਵਾਸ ਆਜ ਕਾਲ ਭੋਏ ਲੇਟਣਾ ਉੱਪਰ ਜਾ ਮੈਂ ਆਕਾਸ ਕਬੀਰ ਜੀ ਫਰਮਾਉਂਦੇ ਹਨ ਕਿ हे ਕਬੀਰ ਆਪਣਾ ਉੱਚਾ ਘਰ ਦੇਖ ਕੇ ਹੰਕਾਰ ਨਾ ਕਰੀਏ ਕਿਉਂਕਿ ਅੰਤ ਨੂੰ ਅੱਜ ਕੱਲ ਧਰਤੀ ਉੱਤੇ ਹੀ ਲੰਮਾ ਪੈਣਾ ਹੈ ਭਾਵ ਮਿੱਟੀ ਵਿੱਚ ਰਲ ਜਾਣਾ ਹੈ ਤੇ ਸਾਡੇ ਉੱਪਰ ਕਾ ਉੱਗ ਪਏਗਾ 39ਵਾਂ ਸ਼ਲੋਕ ਕਬੀਰ ਗਰਵ ਨਾ ਕੀਜੀਐ ਰੰਗ ਨਾ ਹਸੀਐ ਕੋਏ ਅਜੋਂ ਸੁਨਾਉ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ ਕਬੀਰ ਜੀ ਕਹਿੰਦੇ ਹਨ ਕਿ ਕਦੇ ਵੀ ਹੰਕਾਰ ਨਾ ਕਰੀਏ ਤੇ ਕਿਸੇ ਕੰਗਾਲ ਨੂੰ ਦੇਖ ਕੇ ਹਸਿਏ ਨਾ ਕਿਉਂਕਿ ਅਜੇ ਵੀ ਜੀਵਨ ਦੀ ਬੇੜੀ ਸੰਸਾਰ ਸਮੁੰਦਰ ਵਿੱਚ ਹੀ ਹੈ ਪਤਾ ਨਹੀਂ ਕੀ ਹੋ ਜਾਏ ਅਸੀਂ ਡੁੱਬਾਂਗੇ ਜਾਂ ਤਰਾਂਗੇ 40ਵਾਂ ਸ਼ਲੋਕ ਕਬੀਰ ਗਰਵ ਨਾ ਕੀਜੀਐ ਦੇਹੀ ਦੇਖ ਸੁਰੰਗ ਆਜ ਕਾਲ ਤਦ ਜਾਹੋਗੇ ਜਿਉਂ ਕਾਂਚੂਰੀ ਪਉ ਅੰਗ कबीर जी फरमाਉਂਦੇ ਹਨ ਕਿ हे ਕਬੀਰ ਆਪਣੀ ਸੁੰਦਰ ਦੇਹ ਨੂੰ ਦੇਖ ਕੇ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨੂੰ ਅੱਜ ਕੱਲ ਹੀ ਛੱਡ ਜਾਓਗੇ ਜਿਸ ਤਰ੍ਹਾਂ ਸਭ ਕੁਝ ਛੱਡ ਜਾਂਦਾ ਹੈ 41ਵਾਂ ਸ਼ਲੋਕ ਕਬੀਰ ਲੂਟਣਾ ਹੈ ਤੋ ਲੂਟ ਲੈ RAM ਨਾਮ ਹੈ ਲੂਟ ਫਿਰ ਬਾਛਾ ਪਛਤਾਹੋਗੇ ਪ੍ਰਾਣ ਜਾਹੇਗੇ ਛੂਟ ਕਬੀਰ ਜੀ ਫਰਮਾਉਂਦੇ ਹਨ ਕਿ हे ਕਬੀਰ ਜੇਕਰ ਲੁੱਟਣਾ ਹੈ ਤਾ ਲੁੱਟਣੋ ਆਰਾਮ ਨਾਮ ਹੈ ਉਸਨੋ ਹੀ ਲੁੱਟ ਨਹੀਂ ਤਾਂ ਪਿੱਛੋ ਪਛਤਾਏਂਗਾ ਜਦੋਂ ਤੇਰੇ ਪ੍ਰਾਣ ਨਿਕਲ ਜਾਣਗੇ 42ਵਾਂ ਸ਼ਲੋਕ ਕਬੀਰ ਐਸਾ ਕੋਏ ਨਾ ਜਨਮਿਓ ਆਪਣਾ ਘਰ ਲਾਵੇ ਆਗ ਪੰਜੋ ਲਰੇ ਕਾ ਜਾਰ ਕੈ ਰਹਾ RAM ਲਿਵ ਲਾਗ ਕਬੀਰ ਜੀ ਫਰਮਾਉਂਦੇ ਹਨ ਅਜਿਹਾ ਕੋਈ ਹੀ ਜੰਮਿਆ ਹੈ ਜਿਹੜਾ ਆਪਣੇ ਘਰ ਨੂੰ ਹੀ ਅਗ ਲਾ ਦੇਵੇ ਤੇ ਪੰਜ ਲੜਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਇਹ ਸਾਰੇ ਸਾੜ ਕੇ ਪਰਮਾਤਮਾ ਵਿੱਚ ਲਿਵ ਲਾ ਕੇ ਰੱਖੇ 43ਵਾਂ ਸ਼ਲੋਕ ਕੋ ਹੈ ਲੜਕਾ 베ਚੇਈ ਲਰੇ ਕੀ 베ਚਾ ਕੋਏ ਸਾਂਝਾ ਕਰਾ ਕਬੀਰ ਸਿਓ ਹਰ ਸੰਗ ਬਨਜ ਕਰੇ ਕਬੀਰ ਜੀ ਕਹਿੰਦੇ ਹਨ ਕੋਈ ਮਨ ਰੂਪੀ ਲੜਕਾ 베ਚੇ ਤੇ ਕੋਈ ਬੁੱਧੀ ਰੂਪੀ ਲੜਕੀ ਨੂੰ 베ਚੇ ਤੇ ਕੋਈ ਐਸਾ ਪੁਰਸ਼ ਕਬੀਰ ਨਾਲ ਭਾਈਵਾਲੀ ਕਰਕੇ ਪ੍ਰਮਾਤਮਾ ਨਾਲ ਸੌਦਾ ਕਰੇ 44ਵਾਂ ਸ਼ਲੋਕ ਕਬੀਰ ਇਹ ਚੇਤਾਵਨੀ ਮਤ ਸੈਸਾ ਰਹਿ ਜਾਏ ਪਾਛਾ ਭੋਗ ਜੋ ਭੋਗਵੇ ਤਿੰਨ ਕੋ ਗੁੜ ਲੈ ਖਾਏ ਕਬੀਰ ਜੀ ਫਰਮਾਉਂਦੇ ਹਨ ਮੈਂ ਤੈਨੂੰ ਇਹ ਗੱਲ ਯਾਦ ਕਰਾਉਂਦਾ ਹਾਂ ਕਿ ਤੈਨੂੰ ਕੋਈ ਸ਼ੱਕ ਨਾ ਰਹੇ ਕਿ ਜੋ ਤੂੰ ਪਿੱਛੇ ਭੋਗ ਭੋਗਲੇ ਹਨ ਉਹਨਾਂ ਦਾ ਗੁੜ ਲੈ ਖਾਏ ਪਾਬ ਉਹਨਾਂ ਨੂੰ ਭੁੱਲ ਜਾ ਉਹੋ ਤੋਚ ਗੋੜ ਖਾਣ ਦੇ ਹੀ ਬਰਾਬਰ ਹਨ ਅੱਗੇ ਤੋਂ ਨੇਕ ਕਰਮ ਕਰ 45ਵਾਂ ਸ਼ਲੋਕ ਕਬੀਰ ਮੈਂ ਜਾਣਿਓ ਪੜੇ ਬੋ ਭਲੋ ਪੜੇ ਬੈ ਸਿਉ ਭਲ ਜੋਗ ਭਗਤ ਨਾ ਛਾਡੋ ਰਾਮ ਕੀ ਭਾਵੇਂ ਨਿੰਦੋ ਲੋ ਕਬੀਰ ਜੀ ਫਰਮਾਉਂਦੇ ਹਨ ਮੈਂ ਜਾਣਿਆ ਸੀ ਕਿ ਪੜਨਾ ਚੰਗਾ ਹੈ ਪਰ ਪੜਨ ਨਾਲੋਂ ਵਾਹਿਗੁਰੂ ਨਾਲ ਜੁੜਨਾ ਚੰਗਾ ਹੈ ਮੈਂ ਪਰਮਾਤਮਾ ਦੀ ਭਗਤੀ ਕਰਨੀ ਨਹੀਂ ਛੱਡਾਂਗਾ ਉਹਵੇਂ ਸਾਰੇ ਲੋਕ ਮੇਰੀ ਨਿੰਦਿਆ ਹੀ ਕਰਨ 46ਵਾਂ ਸ਼ਲੋਕ ਕਬੀਰ ਲੋਕ ਕਹਿ ਨਿੰਦਾ ਬਪੜਾ ਜਿਹ ਮਨ ਨਾਹੀ ਗਿਆਨ RAM ਕਬੀਰ ਆ ਰਵ ਰਹੇ ਅਵਰ ਤਜੇ ਸਭ ਕਾਂ ਕਬੀਰ ਜੀ ਫਰਮਾਉਂਦੇ ਹਨ ਕਿ हे ਕਬੀਰ ਲੋਕ ਵਿਚਾਰੇ ਕੀ ਨਿੰਦ ਸਕਦੇ ਹਨ ਜਿਨ੍ਹਾਂ ਦੇ ਮਨ ਵਿੱਚ ਗਿਆਨ ਨਹੀਂ ਹੈ ਕਬੀਰ RAM ਦਾ ਸਿਮਰਨ ਕਰ ਰਿਹਾ ਹੈ ਤੇ ਹੋਰ ਸਾਰੇ ਕੰਮ ਛੱਡ ਦਿੱਤੇ ਹਨ 47ਵਾਂ ਸ਼ਲੋਕ ਕਬੀਰ ਪਰਦੇਸੀ ਕਹਿ ਘਾਗਰ ਚੌਂ ਦਿਸ ਲੱਗੀ ਆਗ ਖਿੰTHA ਜਲ ਕੋਇਲਾ ਭਈ ਤਾਗੇ ਆਂਚ ਨਾ ਲਾਗ ਕਬੀਰ ਜੀ ਫਰਮਾਉਂਦੇ ਹਨ ਕਿ ਪਰਦੇਸੀ ਦੇ ਘਗਰੇ ਨੂੰ ਚਾਰ ਚੁਫੇਰੇ ਹੀ ਅਗ ਲੱਗ ਗਈ ਜਿਸ ਨਾਲ ਗੋਦੜੀ ਸੜ ਕੇ ਸੁਆਹ ਹੋ ਗਈ ਤੇ ਉਸ ਦੇ ਤਾਗੇ ਨੂੰ ਸੇਕ ਨਾ ਲੱਗਾ ਪਰਦੇਸੀ ਇਸ ਜੀਵ ਨੂੰ ਕਿਹਾ ਗਿਆ ਹੈ ਜੋ ਕੁਝ ਸਮੇਂ ਲਈ ਹੀ ਇਸ ਮਾਤ ਲੋਕ ਵਿੱਚ ਆਉਂਦਾ ਹੈ ਕਗਰੇ ਤੋਂ ਭਾਵ ਇਹ ਸਰੀਰ ਹੈ ਚੌਦਸ ਲਾਗੀ ਆਗ ਕਾਲ ਚੱਕਰ ਦੀ ਅਗ ਚ ਫੇਰੇ ਇਸ ਨੂੰ ਲੱਗੀ ਹੋਈ ਹੈ ਜਿੱਧਰ ਵੀ ਤੇ ਜਿੱਥੇ ਵੀ ਜੀਵ ਹੈ ਉਥੇ ਹੀ ਕਾਲ ਚੱਕਰ ਦੀ ਅਗ ਭੜਕ ਰਹੀ ਹੁੰਦੀ ਹੈ ਖੰਥਾ ਇਸ ਸਰੀਰ ਰੂਪੀ ਗੋਦੜੀ ਨੂੰ ਕਿਹਾ ਗਿਆ ਹੈ ਤਾਂਗੇ ਇਸ ਜੀਵ ਆਤਮਾ ਨੂੰ ਕਿਹਾ ਗਿਆ ਹੈ ਅਰਥਾਤ ਸਰੀਰ ਸੜ ਕੇ ਸੁਆਹ ਹੋ ਜਾਂਦਾ ਹੈ ਪਰ ਜੀਵ ਆਤਮਾ ਜਿਉਂ ਦਾ ਤਿਉ ਨਵਾ ਨਰਵਾ ਆਪਣੇ ਮੂਲ ਵਿੱਚ ਚਲਿਆ ਜਾਂਦਾ ਹੈ 48ਵਾਂ ਸ਼ਲੋਕ ਕਬੀਰ ਖਿੰਥਾ ਜਲ ਕੋਇਲਾ ਭਈ ਖਾਪਰ ਫੂਟ ਮਫੂਟ ਜੋਗੀ ਬਪੜਾ ਖੇਲੇਓ ਆਸਨ ਰਹੀ ਵਿਪੂਤ ਕਬੀਰ ਜੀ ਕਹਿੰਦੇ ਹਨ ਜੀਵ ਰੂਪੀ ਜੋਗੀ ਦੀ ਦੇਹ ਰੂਪ ਗੋਦੜੀ ਸੜ ਕੇ ਕੋਲਾ ਹੋ ਗਈ ਹੈ ਤੇ ਪਿਛਿਆ ਮੰਕ ਕੇ ਪਾਉਣ ਵਾਲਾ ਖਪਰਾ ਟੁੱਟ ਫੁੱਟ ਗਿਆ ਹੈ ਜੀਵ ਰੂਪ ਜੋਗੀ ਵਿਚਾਰਾ ਵੀ ਮਰ ਗਿਆ ਤੇ ਪਿੱਛੇ ਉਸ ਦੀ ਆਸਣ ਮੜੀ ਉੱਤੇ ਸਵਾਹੀ ਰਹਿ ਗਏ 99 ਲੋਕ ਕਬੀਰ ਥੋੜਾ ਜਲ ਮਛਲੀ ਝੀਵਰ ਮਿਲਿਓ ਜਾਲ ਇਹ ਟੋਗਣਾ ਨਾ ਛੁੱਟ ਸੈ ਫਿਰ ਕਰ ਸਮੁੰਦ ਸੰਭਾਲ ਕਬੀਰ ਜੀ ਫਰਮਾਉਂਦੇ ਹਨ ਥੋੜੇ ਪਾਣੀ ਵਿੱਚ ਰਹਿਣ ਵਾਲੀ ਮੱਛੀ ਨੂੰ ਝੀਵਰ ਆ ਕੇ ਜਾਲ ਪਾ ਲੈਂਦਾ ਹੈ हे ਮਛਲੀ ਇਹਨਾਂ ਛੋਟੀਆਂ ਛਪੜੀਆਂ ਦੇ ਟੋਇਆਂ ਵਿੱਚ ਤੂੰ ਬਚ ਨਹੀਂ ਸਕਦੀ ਤਾਂ ਫਿਰ ਤੂੰ ਸਮੁੰਦਰ ਦੀ ਭਾਲ ਕਰ ਡੂੰਘੇ ਸਮੁੰਦਰ ਦਾ ਆਸਰਾ ਲੈ ਜੀਵ ਰੂਪ ਮਚੀ ਦੇਵਤਿਆਂ ਆਦ ਟੋਇਆਂ ਦੇ ਆਸਰੇ ਰਹਿਣ ਵਾਲੀ ਨੂੰ ਕਾਲ ਰੂਪ ਚੀਵਰ ਫੜ ਲੈਂਦਾ ਹੈ। हे ਜੀਵ ਜੇ ਤੂੰ ਕਾਲ ਦੇ ਪੈਰ ਤੋਂ ਬਚਣਾ ਚਾਹੁੰਦਾ ਹੈ ਤਾਂ ਸਮੁੰਦਰ ਰੂਪ ਵਾਹਿਗੁਰੂ ਦੇ ਪਾਸੇ ਲੱਗ ਕੇ ਉਸ ਦਾ ਆਸਰਾ ਗ੍ਰਹਿਣ ਕਰ। ਪੰਜਵਾਂ ਸ਼ਲੋਕ ਕਬੀਰ ਸਮੁੰਦ ਨਾ ਛੋਡੀਐ ਜੋ ਅਤਖਾਰੋ ਹੋਏ ਪੋਖਰ ਪੋਖਰ ਢੂੰਡਤੇ ਪਲੋ ਨਾ ਕਹੈ ਕੋਈ। ਕਬੀਰ ਜੀ ਫਰਮਾਉਂਦੇ ਹਨ ਕਿ हे ਕਬੀਰ ਸਮੁੰਦਰ ਵਾਹਿਗੁਰੂ ਨੂੰ ਕਦੇ ਨਾ ਛੱਡੀਏ ਭਾਵੇਂ ਉਹ ਕਿੰਨਾ ਵੀ ਖਾਰਾ ਹੋਵੇ ਨਿੱਕੇ ਨਿੱਕੇ ਛਪੜਾਂ ਤੋਂ ਜੀਵਨ ਸੁਖ ਲੱਭਣ ਵਾਲੇ ਨੂੰ ਕੋਈ ਵੀ ਚੰਗਾ ਨਹੀਂ ਕਹਿੰਦਾ ਤੇ 51ਵਾਂ ਸ਼ਲੋਕ ਹੈ ਕਬੀਰ ਨਿਗੋਸਾਏ ਬਹਿ ਗਏ ਥਾਂਗੀ ਨਹੀਂ ਕੋਏ ਦੀਨ ਗਰੀਬੀ ਆਪਣੀ ਕਰਦੇ ਹੋਏ ਸੋਹੇ ਕਬੀਰ ਜੀ ਫਰਮਾਉਂਦੇ ਹਨ ਜਿਹੜੇ ਨਿਗੋਰੇ ਹੁੰਦੇ ਹਨ ਜਿਨ੍ਹਾਂ ਦਾ ਗੁਰੂ ਕੋਈ ਨਹੀਂ ਹੈ ਉਹ ਇਸ ਸੰਸਾਰ ਸਮੁੰਦਰ ਵਿੱਚ ਰੁੜ ਜਾਂਦੇ ਹਨ ਉਹਨਾਂ ਦਾ ਕੋਈ ਮਲਾਹ ਗੁਰੂ ਬੇੜੇ ਨੂੰ ਪਾਰ ਕਰਨ ਵਾਲਾ ਨਹੀਂ ਹੁੰਦਾ ਨਿਮਰਤਾ ਤੇ ਗਰੀਬੀ ਜਿਨ੍ਹਾਂ ਨੇ ਆਪਣੀ ਕੀਤੀ ਹੈ ਤੇ ਕਰਤਾਰ ਵੱਲੋਂ ਜੋ ਹੋਵੇ ਸੋ ਹੋਵੇ ਉਸ ਨੂੰ ਮਿੱਠਾ ਕਰਕੇ ਮੰਨਦੇ ਹਨ ਉਹੀ ਪੁਰਸ਼ ਇਸ ਸੰਸਾਰ ਵਿੱਚ ਉੱਤਮ ਹਨ ਸੁਸਾ ਸੰਗਤ ਜੀ ਇਹ ਸਨ ਕਬੀਰ ਸਾਹਿਬ ਜੀ ਦੇ 51 ਸ਼ਲੋਕ ਜਿਨ੍ਹਾਂ ਨੂੰ ਆਪ ਜੀ ਨੇ ਬੜੇ ਪ੍ਰੇਮ ਨਾਲ ਸਰਵਣ ਕੀਤਾ ਹੈ ਆਉਣ ਵਾਲੇ ਸਮੇਂ ਵਿੱਚ ਹੋਰ ਸ਼ਲੋਕ ਵੀ ਦਾਸ ਆਪ ਜੀ ਦੇ ਸਨਮੁਖ ਰੱਖੇਗਾ ਤਦ ਤੱਕ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ